पंजाब विच शॉर्ट सर्किट के नाल अग लगन दीआं घटनावां विच लगातार वाधा हुंदा जा रहा है, जिस दे तहत नाभा नजदीक पिंड दुलदली विखे अचानक कबाड़ दे गोदाम नूं अग लगन नाल करीब 6 लाख रुपए का नुकसान दस्सिया जा रहा है। यह अग लगन का कारण शॉर्ट सर्किट दस्सिया जा रहा है। गोदाम च लगी अग ने सड़क के बाहर खड़िया गड्डियां नूं भी अपनी चपेट विच लै लिया। मौके ते करीब 5 दमकल विभाग दीआं गड्डियां ने अग उत्ते काबू पाया। मैं दुकान खोली पी थी, उपरों स्पार्क गिरी है, आ तारा का उपर सारा झंझट सारा हो रही है, आ खंभा लगे थोड़े सामने देख लो, दो खंभे लगे पे ने, उतो स्पार्क गिरी है थले, फिर थोड़ा पता समान पे है टायर टूर पे मैट मूट के पे ने, वो करके उन्होंने कपड़े कुपड़े अग लगी, फिर अग बद गई। मेन कारण की है? हाँ शॉर्ट सर्किट ही है जी। कितना क्या नुकसान हो? ਤਾਂ ਦੇਖੋ ਜੀ, ਹੁਣ ਤਾਂ ਬਾਹਰ 2-3 ਗੱਡੀਆਂ ਸੀਗੀਆਂ, ਉਹ ਸਾਰੀਆਂ ਫੁੱਕ ਗਈਆਂ, ਬਾਕੀ ਅੰਦਰ ਸਮਾਨ ਹੁਣ ਬਾਕੀ ਖੋਲ੍ਹੇ ਪਤਾ ਲੱਗੂਗਾ ਜੀ ਸਮਾਨ ਖੋਲ੍ਹਦਾ। ਆਈਡੀਆ ਦਾ ਦੇਖ ਲਓ ਹੁਣ ਤੁਸੀਂ ਵੀ 4-5 ਲੱਖ ਰੁਪਏ ਦਾ ਨੁਕਸਾਨ ਤਾਂ ਹੋ ਗਿਆ ਹੋਣਾ ਜੀ। ਕੀ ਗੈਰੇਜ ਸੀਗੀ, ਕੀ ਸੀ ਇਹ, ਕੰਮ ਕੀ ਕਰਦੇ ਸੀ ਇਹਦੇ 'ਚ? ਇਹ ਸਪੇਅਰ ਪਾਰਟ ਦਾ ਜੀ, ਸਪੇਅਰ ਪਾਰਟ ਦਾ, ਸਪੇਅਰ ਪਾਰਟ ਓਲਡ ਸਪੇਅਰ ਪਾਰਟ ਦਾ ਜੀ, ਓਲਡ ਸਪੇਅਰ ਪਾਰਟ ਕਬਾੜ ਦਾ ਕੰਮ? ਹਾਂਜੀ ਹਾਂਜੀ, ਓਲਡ ਸਪੇਅਰ ਪਾਰਟ ਦਾ ਜੀ। ਹਾਂਜੀ, ਕੋਈ ਕਬਾੜ ਦੀ ਦੁਕਾਨ ਸੀ, ਕਬਾੜ ਦੀ ਦੁਕਾਨ ਦੇ ਵਿੱਚ ਉਹਨੂੰ ਜਿਹੜੀਆਂ ਬਿਜਲੀ ਦੀਆਂ ਤਾਰਾਂ ਦਾ ਕੋਈ ਸਪਾਰਕ ਹੋਇਆ, ਅਤੇ ਉਹਦੇ ਵਿੱਚੋਂ ਅੱਗੇ 2-3 ਕਾਰਾਂ ਜਿਹੜੀਆਂ ਜਲ ਗਈਆਂ, ਅਤੇ ਉਹਦੇ ਵਿੱਚੋਂ ਨੂੰ ਜਿਹੜੀਆਂ ਹੁਣ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ। ਮੈਂ ਤਾਂ ਬਾਈ ਚਾਂਸ ਇੱਥੋਂ ਲੰਘ ਰਿਹਾ ਸੀ ਅਤੇ ਮੈਂ ਦੇਖਿਆ ਟ੍ਰੈਫਿਕ ਬੜਾ, ਉਹ ਦਿੱਕਤ ਆ ਰਹੀ ਸੀ ਲੋਕਾਂ ਨੂੰ, ਇਸ ਕਰਕੇ ਟ੍ਰੈਫਿਕ ਨੂੰ ਸਮੂਥ ਢੰਗ ਨਾਲ ਕਰਾ ਲਿਆ, ਉਹਦੇ ਵਿੱਚੋਂ ਲੰਘਾ ਲਿਆ, ਅਤੇ ਮੈਨੂੰ ਲੱਗਦਾ ਛੇਤੀ ਕਾਬੂ ਹੋ ਜੂਗਾ। ਬੇਸਿਕਲੀ ਹੁਣ ਅੱਗ ਤਾਂ ਕਾਬੂ ਆ, ਕਿਤੇ ਆਸੇ ਪਾਸੇ ਤਾਂ ਨਹੀਂ ਫੈਲ ਰਹੀ, ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਨੇ। ਹਾਂਜੀ, ਫਿਲਹਾਲ ਕੰਟਰੋਲ ਤੇ ਨਹੀਂ। ਨੈਚੁਰਲੀ ਜੀ, ਜਦੋਂ ਅੱਗ ਲੱਗਦੀ ਹੈ ਤਾਂ ਵੱਡਾ ਹਾਦਸਾ ਦਾ ਹਮੇਸ਼ਾ ਹੀ ਡਰ ਹੁੰਦਾ, ਬਟ ਉਹਨੂੰ ਲੋਕਲ ਫਾਇਰ ਬ੍ਰਿਗੇਡ ਦੇ ਅਧਿਕਾਰੀ ਲੱਗੇ ਹੋਏ ਆ, ਬੜਾ ਠੀਕ ਕੰਮ ਹੋ ਰਿਹਾ। ਹੁਣ ਪਰਪਸ ਇਹ ਆ ਵੀ ਇਹ 'ਤੇ ਅੱਗ 'ਤੇ ਛੇਤੀ ਤੋਂ ਛੇਤੀ ਕਾਬੂ ਕਨਵਰਟ ਕਰਨ ਵਾਸਤੇ ਵੀ ਕੁਛ ਕੀਤਾ ਗਿਆ। ਹਾਂਜੀ, ਹਾਂ ਹੁਣ ਉਹਨੂੰ ਬੇਸਿਕਲੀ ਜਿਹੜਾ ਮੇਨ ਟ੍ਰੈਫਿਕ ਫਸਿਆ ਸੀ, ਉਹ ਗਰਮੀ ਹੈ, ਕਈ ਛੋਟੇ ਬੱਚੇ ਆ ਵਹੀਕਲਾਂ ਦੇ ਵਿੱਚ, ਉਹਨਾਂ ਨੂੰ ਲੰਘਾਤਾ, ਪਾਸੋਂ ਟ੍ਰੈਫਿਕ ਡਿਵਰਟ ਕਰ ਲਾਂਗੇ। ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ, ਦਾ TV NRI।